बिस्मिल्लाहिर्रहमानिर्रहीम अस्सलाम वालेकुम फ्रेंड्स, ਤੁਸੀਂ ਵੇਖ ਰਹੇ ਹੋ ਟੀਐਸ ਨੌਲੇਜ ਟੀਵੀ YouTube ਚੈਨਲ। ਮੈਂ ਤੁਹਾਡਾ ਹੋਸਟ ਤਾਰਿਕ ਸੁਲਤਾਨ। ਫਰੈਂਡਸ, ਇਸ ਵਕਤ ਤੁਹਾਡੀ ਮੁਲਾਕਾਤ ਇੱਕ ਐਸੇ ਸ਼ੌਕੀਨ ਨਾਲ ਕਰਵਾ ਰਹੇ ਹਾਂ ਜਿਨ੍ਹਾਂ ਦਾ ਮੱਝਾਂ ਦੇ ਮੁਕਾਬਲਿਆਂ ਦੇ ਵਿੱਚ ਔਰ ਮੱਝਾਂ ਦੇ ਪਾਲਣ ਦੇ ਵਿੱਚ ਬੜਾ ਵਸੀਹ ਤਜਰਬਾ ਹੈ ਔਰ ਇਹਨਾਂ ਨੇ ਕਈ ਮੇਲੇ ਜਿਹੜੇ ਨੇ ਉਹ ਵਿਨ ਕੀਤੇ ਨੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਹਾਲੀ ਸਾਹਿਬ ਨਾਲ ਤੁਹਾਨੂੰ ਮਿਲਵਾਉਂਦੇ ਹਾਂ, ਇਹਨਾਂ ਦਾ ਤਾਰਫ ਕਰਵਾਉਂਦੇ ਹਾਂ ਔਰ ਇਸ ਦੇ ਨਾਲ ਨਾਲ ਦੱਸੋ ਗਿਆ ਅੱਜ ਦਾ ਅੱਛੀ ਮੱਝ ਦੀ ਪਹਿਚਾਣ ਕੀ ਹੈ, ਮੇਲੇ ਵਾਲੀ ਮੱਝ ਖਾਸ ਕਰ। ਮੱਝ ਦੀ ਪਹਿਚਾਣ ਇਹ ਹੈ ਜੀ, ਮੱਝ ਖੂਬਸੂਰਤ ਹੋਣਾ ਕੋਈ ਜ਼ਰੂਰੀ ਨਹੀਂ। ਅੱਛਾ, ਜਦੋਂ ਉਹਨੂੰ ਚਵਾਈ ਕਰੀਏ ਨਾ ਜੀ ਮੱਝ, ਜਿਹੜੀ ਮੱਝ ਨੁਚੜਦੀ ਹੈ ਨਾ ਜੀ ਥੱਲਿਓ, ਅੱਛਾ ਉਹ ਮੱਝ ਅੱਛੀ ਹੁੰਦੀ ਆ। ਅੱਛਾ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਦੁੱਧ ਦੇਣਾ ਜਾਂ ਨਹੀਂ ਦੇਣਾ। ਹਣ ਪਰ ਇਹ ਪਤਾ ਲੱਗ ਜਾਂਦਾ ਹੁਣ 8-7 ਦਿਨ ਦੀ ਮੱਝ ਸੂਈ ਹੋਵੇ, 6-7 ਕਿਲੋ 7-8 ਕਿਲੋ ਦੁੱਧ ਦੇਵੇ ਨਾ ਜੀ, ਪਤਾ ਲੱਗ ਜਾਂਦਾ ਇਹ ਕੰਮ ਕਰੂਗੀ। ਅੱਛਾ, ਉਤਰਾ ਤੇ ਤਰ ਸਾਹਿਬ ਮੇਲੇ 'ਚ ਜਾ ਕੇ ਤਾਂ 30-30 ਕਿਲੋ ਵਾਲੀਆਂ ਵੀ ਰਹਿ ਜਾਂਦੀਆਂ ਕਿਸੇ ਵੇਲੇ ਜੀ। ਤੇ ਮੱਝ ਦੀ ਪਹਿਚਾਣ ਇਹੋ ਹੀ ਆ ਵੀ ਮੱਝ ਮਜ਼ਬੂਤ ਹੋਣੀ ਚਾਹੀਦੀ ਆ। ਅੱਛਾ, ਤੇ ਚੱਡਾ ਜਿਹੜਾ ਪੂਰਾ ਜਿਹਾ ਹੋਣਾ ਚਾਹੀਦਾ, ਐਡਾ ਵੱਡਾ ਚੱਡਾ ਨਹੀਂ ਹੋਣਾ ਚਾਹੀਦਾ। ਅੱਛਾ, ਮੱਝ ਦਾ ਅੱਛਾ ਤਾਂ ਜਿਹੜਾ ਮੱਝ ਚਵਾ ਜਿਹੜਾ ਨਾ ਪਸਮਾ ਕਰੇ ਇੱਕ ਕਰੇ। ਅੱਛਾ, ਇੱਕ ਉਹ ਮੱਝ ਇਨਸ਼ਾਅੱਲਾ ਤਾਲਾ ਕਾਮਯਾਬ ਹੁੰਦੀ ਹੈ ਮਿਹਨਤ ਕੀਤੀ। ਅੱਛਾ ਅੱਛਾ, ਹਾਂਜੀ। ਤੇ ਚਵਾਈ ਜਿਹੜੀ ਮੱਝ ਦੀ ਜਿਹੜਾ ਖੁੱਲੀ ਹੋਵੇ, ਅੱਛਾ ਇੰਨੀ ਪੋਲੀ ਵੀ ਨਾ ਹੋਵੇ, ਉਂਝ ਖੁੱਲੀ ਚਵਾਈ ਹੋਵੇ, ਪਸਮਾ ਹੈ ਮੱਝ ਦਾ ਟਾਇਰ, ਮੱਝ ਦੀ ਚਮੜੀ ਬਰੀਕ ਹੋਵੇ। ਅੱਛਾ, ਤੇ ਇਨਸ਼ਾਅੱਲਾ ਤਾਲਾ ਮੱਝ ਤਿਆਰੀ ਉਸ ਤੇ ਉਦੋਂ ਸ਼ੁਰੂ ਹੋ ਜਾਂਦੀ। ਗੱਬਨ ਬਾਜ ਨੂੰ ਮੇਲੇ ਵਾਲੀ ਨੂੰ ਕੰਪੀਟੀਸ਼ਨ ਨੂੰ ਕੀ ਤਿਆਰੀ ਦੇਣੀ ਹੈ ਔਰ ਜਦੋਂ ਤੁਸੀਂ ਮੇਲਾ ਵਾਸਤੇ ਤਿਆਰ ਕਰਨੀ ਉਦੋਂ ਉਸਨੂੰ ਕੀ ਖੁਰਾਕ ਦੇਣੀ, ਇਸ ਤੇ ਰੋਸ਼ਨੀ ਪਾਓ ਜ਼ਰਾ। ਜਦੋਂ ਮੱਝ ਨੂੰ ਗੱਭਣ ਹੋਣੀ ਆ ਨਾ ਜੀ, ਜੀ ਜੀ, ਉਦੋਂ 2 ਮਹੀਨੇ ਰਹਿੰਦਿਆਂ ਘਿਓ, ਅੱਛਾ ਤੇਲ, ਅੱਛਾ ਦੂਸਰਾ ਤੇਲ, ਅੱਛਾ ਅਸੀਂ ਤਕਰੀਬਨ ਦੂਸਰੇ ਦਿਨ ਤੀਸਰੇ ਦਿਨ ਅੱਛਾ ਰੂਟੀਨ ਨਾਲ ਦਿੰਦੇ ਪਾਈਆ 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 ਤੇ ਤਕਰੀਬਨ ਸੌਣ ਤੋਂ ਪਹਿਲਾਂ ਨਾ 7-8 ਕਿਲੋ ਘਿਓ ਜਿਹੜਾ ਨਾ ਦੇਸੀ, ਜੀ ਜੀ, ਉਹ ਦੇ ਦਿੰਦੇ। ਅੱਛਾ, ਇਸ ਜਾਂ ਘਿਓ ਦੇਣਾ ਜਾਂ ਤਿਲਾਂ ਦਾ ਤੇਲ ਦੇਣਾ? ਹਾਂ, ਤੇਲ ਇੱਕ ਸ਼ਾਇਦ ਦੇਣੀ ਹੈ। ਹਾਂ, ਰਹੇਗਾ ਇਹ ਨਹੀਂ ਜਾਏਗਾ। ਅੱਛਾ ਅੱਛਾ, ਜ਼ਬਰਦਸਤ ਹੋ ਗਿਆ। ਅੱਛਾ, ਦਿੰਦੇ ਕਿਸ ਤਰ੍ਹਾਂ ਉਹ, ਅਗਰ ਘਿਓ ਦੇਣਾ ਹੈ ਕਿਸ ਤਰ੍ਹਾਂ ਦੇਣਾ? ਹਾਲੋ ਲੈ ਲਈ ਦੀ ਹੈ, ਚੀਨੀ ਲੈ ਲਈ ਦੀ, ਉਹਦੇ ਵਿੱਚ ਹੀ ਰਲਾ ਲਈਦਾ। ਅੱਛਾ, ਰਲਾ ਕੇ ਪੀਣੀ ਬਣਾ ਕੇ ਦੇ ਦੀਦਾ। ਅੱਛਾ, ਪਕਾਣਾ ਛਕਾਣਾ ਨਹੀਂ? ਨਹੀਂ, ਪਕਾਣਾ ਛਕਾਣਾ ਨਹੀਂ। ਜੇ ਸਿਆਲ ਹੋਵੇ ਤਾਂ ਫਿਰ ਪਕਾ ਕੇ ਦੇਈਦਾ। ਅੱਛਾ, ਤੇ ਗਰਮੀ ਹੋਵੇ ਤਾਂ ਇਸ ਤਰ੍ਹਾਂ ਹੀ ਹਾਲੋ, ਚੀਨੀ, ਅੱਛਾ ਪਾਈਆ, ਹਾਲੋ ਪਾਈਆ, ਚੀਨੀ, ਅੱਛਾ ਪਾਈਆ, ਦੇਸੀ ਘਿਓ ਪਾਈਆ, ਦੇਸੀ ਘਿਓ, ਜ਼ਬਰਦਸਤ ਹੋ ਗਿਆ। ਅਗਰ ਕੋਈ ਬੰਦਾ ਦੇਸੀ ਘੀ ਨਹੀਂ ਦੇ ਸਕਦਾ ਤੇ ਫਿਰ ਉਹ ਦੂਸਰਾ ਤਿਲਾਂ ਤੇਲ ਦੇ ਲਵੇ, ਦੂਸਰਾ ਤੇਲ ਦੇ ਲਵੇ, ਬਾਅਦ ਗੱਭਣ ਨੂੰ ਤਾਂ ਉਂਝ ਸਿੰਧੀ ਕਰਨਾ ਚਾਹੀਦਾ, ਸਿੰਧੀ ਕਰਨੀ ਚਾਹੀਦੀ। ਹਾਂਜੀ, ਜ਼ਬਰਦਸਤ ਹੋ ਗਿਆ। ਤੇਲ ਕਿਸ ਤਰ੍ਹਾਂ ਦੇਣਾ? ਤੇਲ ਦੂਸਰਾ ਕਾਲੀ ਜੀਰੀ 'ਚ ਠੀਕ ਹੈ ਜੀ, ਸਰੋਂ ਦਾ ਗਰਮੀ ਹੋਵੇ, ਕਾਲੀ ਜੀਰੀ ਗੜੀ ਰੱਖ ਕੇ ਪਾਈਆ ਤੇਲ ਦੇ ਦਿਓ। ਅੱਛਾ, ਪਾਣੀ 'ਚ ਖੋਰ ਕੇ ਦੇ ਦਿਓ, ਮਿਰਚਾਂ ਮਾਸਾ ਚਟਾਂਗ ਪਾਉਣੀਆਂ ਪਾ ਲਓ। ਅੱਛਾ, ਤੇ ਅਸਤੇ ਇਸ ਤਰ੍ਹਾਂ ਦਿੰਦੇ ਆ ਜੀ, ਗਰਮੀ ਸਾਰੀ ਨਾ ਜੀ, ਜੀਰੀ ਤੇ ਤੇਲ। ਅੱਛਾ, ਇਹ ਚੱਲਦਾ ਰਲਾ ਕੇ ਰਾਤ ਨੂੰ, ਮਿਰਚਾਂ ਤੇ ਜੀਰੀ ਜਿਹੜੀ ਭੇਲਣੀ ਆ। ਅੱਛਾ, ਇੱਕ ਸਟਾਂਗ ਮਾਈ ਦੀ ਜੀਰੀ ਤੇ ਇੱਕ ਸਟਾਂਗ ਮਿਰਚਾਂ। ਅੱਛਾ, ਇੱਕ ਮਾਈ ਦੀ। ਅੱਛਾ, ਜਿਹੜੇ ਮੱਝਾਂ ਦੇਣਾ ਰਾਤ ਨੂੰ ਪੇਕ ਰੱਖ ਲਾ, ਸਵੇਰੇ ਪਾਈਆ ਪਾਈਆ ਤੇਲ ਪਾ ਕੇ ਦੇ ਦੇਣਾ। ਅੱਛਾ, ਮਿਰਚਾਂ ਪੀਸੀਆਂ ਲੈਂਦੇ ਹੋ ਸਬੂਤ ਸਾਬਤ ਲੈ? ਪੀਸੀਆਂ ਜਾਂ ਦਾਦੜ ਹੋ? ਦਾਦੜ ਹੋ ਗਿਆ, ਜ਼ਬਰਦਸਤ ਹੋ ਗਿਆ। ਇਸ ਤੋਂ ਇਲਾਵਾ ਵੰਡਾ ਛੰਡਾ ਕੋਈ ਮੱਝਾਂ ਦਾ ਜਦੋਂ ਗੱਬਣਾ ਆਉਂਦੀਆਂ ਨੇ? ਮੱਝਾਂ ਨੂੰ ਵੰਡਾ ਮੈਂ ਤੇ ਬਿਲਕੁਲ ਨਹੀਂ ਪਾਉਂਦਾ, ਗੱਬੜਾ ਨੂੰ ਥੋੜਾ ਬਹੁਤਾ ਕਿਤੇ ਪਾਉਣਾ ਚੋਕਰ। ਅੱਛਾ, ਗੱਬੜਾ ਨੂੰ ਵੰਡੇ ਤੋਂ ਪਰਹੇਜ਼ ਰੱਖੀਦਾ, ਆ ਸ਼ੈਵਾਂ ਜ਼ਰੂਰ ਦੇਈਦੀ ਆ, ਲਸਣ ਵੀ ਦੇਈਦਾ। ਅੱਛਾ, ਇਹਨਾਂ ਨੂੰ ਜਿਹੜਾ ਤਿਆਰੀ ਦੇ ਵਿੱਚ, ਅੱਛਾ ਵੰਡਾ ਬਾਅਦ ਚ ਪਾਈਦਾ ਸਲੋਟ ਤੋਂ ਬਾਅਦ। ਅੱਛਾ, ਜਾਣਾ ਫਿਰ ਬਾਅਦ? ਅੱਛਾ, ਜਾਂ ਮੱਝਾਂ ਨੇ ਬੱਚਾ ਦੇ ਦਿੱਤਾ, ਵੰਡਾ ਤੁਸੀਂ 15 ਦਿਨ ਬਾਅਦ ਸ਼ੁਰੂ ਕਰੋਗੇ? 15 ਦਿਨ ਬਾਅਦ ਸ਼ੁਰੂ ਕਰੀਏ। ਅੱਛਾ, ਸੱਜੀ ਸੂਈ ਮੱਝ ਨੂੰ ਕੋਈ ਕਾੜਾ ਮਸਾਲਾ? ਸੱਜੀ ਸੂਈ ਮੱਝ ਨੂੰ ਨਾ ਜੀ ਹਾਲੋ, ਅੱਛਾ ਜੀਰੀ
ਮੇਥੇ ਅੱਛਾ ਇਹ ਭਿਆ ਕੇ ਰੱਖੀ ਹੈ ਪੰਜ ਸੱਤ ਛੇ ਅਜਵਾਇਣ ਅੱਛਾ ਇਹ ਭਿਆ ਕੇ ਰੱਖੇ ਹਰੀਆਂ ਮਿਰਚਾਂ ਪਾਉਣੀਆਂ ਵਿੱਚ ਅੱਛਾ ਵਿੱਚ ਪਿਆਜ਼ ਪਾਉਣਾ ਵਾ ਅੱਛਾ ਸੋਡਾ ਪਾ ਲੈਣਾ ਮਾਸਾ ਅੱਛਾ ਉਹਦੀਆਂ ਦੋ ਤਿੰਨ ਬਿੰਨੀਆਂ ਬਣਾ ਕੇ ਨਾ ਪੰਜ ਚਾਰ ਦਿਨ ਲਗਾਤਾਰ ਦੇਣਾ ਮੈਂ ਅੱਛਾ ਹਾਂਜੀ ਮਤਲਬ ਇੱਕ ਹਫ਼ਤੇ ਤੋਂ ਬਾਅਦ ਜਾਂ ਦੋ ਤਿੰਨ ਹਫ਼ਤੇ ਤੋਂ ਬਾਅਦ ਦੋ ਚਾਰ ਦਿਨ ਤੋਂ ਬਾਅਦ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਦੇਣਾ ਸ਼ੁਰੂ ਫਿਰ ਮੱਝ ਨਾ ਪੈਰਾਂ 'ਤੇ ਹੋ ਜਾਂਦੀ ਜੇ ਵੱਡਾ ਨਾ ਪਾਇਆ ਹੋਵੇ ਜੀ ਜੀ ਉਹਨਾਂ ਕਮੀ ਮਾਈ ਦੀ ਪੂਰੀ ਹੋ ਜਾਂਦੀ ਜ਼ਬਰਦਸਤ ਹੋ ਗਿਆ ਅੱਛਾ ਫਿਰ ਤੁਸੀਂ ਕਿੰਨੇ ਦਿਨਾਂ ਤੋਂ ਬਾਅਦ ਜਾਨਵਰ ਦੀ ਤਿਆਰੀ ਸ਼ੁਰੂ ਕਰਦੇ ਹੋ ਜਦੋਂ ਮੱਝ ਮੈਲਾ ਸੁੱਟੇ ਨਾ ਜੀ 15 ਦਿਨ ਤੋਂ ਬਾਅਦ ਅੱਛਾ ਉਸ ਤੋਂ ਬਾਅਦ ਫਿਰ ਉਹਦੀ ਡਿਵੈਲਪਮੈਂਟ ਕਰੀ ਦੀ ਆ ਜੀ ਅੱਛਾ ਉਸ ਤੋਂ ਬਾਅਦ ਹੁਣ ਜਿਹੜਾ ਕੋਈ ਟੀਕਾ ਗੋਲੀ ਲਾਉਣਾ ਵਾ ਇੱਕ ਮੈਂ ਤਾਂ ਨਾਲ ਸੈਂਟਰ ਵੀ ਲਾਉਣਾ ਨਾਲ 10 ਦਿਨ ਬਾਅਦ ਅੱਛਾ ਅਤੇ ਮਹੀਨੇ ਬਾਅਦ ਤਿਆਰੀ ਸ਼ੁਰੂ ਕਰਦੇ ਅੱਛਾ ਮਹੀਨੇ ਤੋਂ ਬਾਅਦ ਸ਼ੁਰੂ ਕਰਦੇ ਅੱਛਾ ਹੁਣ ਤੁਸੀਂ ਆ ਜਾਓ ਤਿਆਰੀ ਦੇ ਉੱਤੇ ਤਿਆਰੀ ਦੇ ਉੱਤੇ ਤੁਸੀਂ ਵੰਡਾ ਕਿੰਨੇ ਕਿਲੋ ਤੋਂ ਸਟਾਰਟ ਕਰਦੇ ਹੋ ਕਿਹੜਾ ਵੰਡਾ ਪਾਉਂਦੇ ਹੋ ਕਿੰਨੇ ਤੱਕ ਲੈ ਕੇ ਜਾਂਦੇ ਹੋ ਤਿਆਰੀ ਦੇ ਉੱਤੇ ਜੀ ਅਸੀਂ ਵੰਡਾ ਪਾਉਂਦੇ ਹਾਂ ਤਰਕ ਸਾਹਿਬ ਮਾਵਾਂ ਦਾ ਕਰਾ ਮਾਵਾਂ ਦਾ ਕਰਾ ਅੱਛਾ ਅਤੇ ਦੂਸਰਾ ਖਲ ਮਕਈ ਦੀ ਜੀ ਜੀ ਦਲੀਆ ਗੰਦਮ ਦਾ ਦਲੀਆ ਅਤੇ ਰੋਟੀਆਂ ਰੋਟੀਆਂ ਹਾਂਜੀ ਅੱਛਾ ਇਹਨਾਂ ਸਾਰੀ ਚੀਜ਼ਾਂ ਨੂੰ ਭੇ ਕੇ ਰੋਟੀਆਂ ਅੱਛਾ ਕਰਾ ਅਤੇ ਦਲੀਆ ਭੇਜਣਾ 12 ਘੰਟੇ ਅੱਛਾ ਅਤੇ ਖਲ ਉਦੋਂ ਪਾਉਣੀ ਹੈ ਜਦੋਂ ਪਾਉਣ ਲੱਗਣਾ ਨਾ ਉਦੋਂ ਵਿੱਚ ਪਾ ਲੈਣੀ ਆਹੋ 10 ਮਿੰਟ ਪਹਿਲੇ ਪਾ ਕਿਲੋ ਪਾ ਲਓ 1.5 ਕਿਲੋ ਪਾ ਲਓ ਅਸੀਂ ਕਿਲੋ ਪਾਉਂਦੇ ਹਾਂ ਅੱਛਾ ਮੱਝ ਨੂੰ ਤਕਰੀਬਨ ਤਿਆਰੀ ਦੇ ਜਦੋਂ ਚਵਾਈਆਂ ਤੱਕ ਨਾ ਕਿਲੋ ਹੀ ਪਾਉਂਦੇ ਹਾਂ ਫਿਰ ਜਰਾ ਥੋੜ੍ਹੀ ਜਿਹੀ ਮਕਦਾਰ ਵਧਾਈ ਦੀ ਮਕਈ ਦੀ ਖਲ ਹਾਂਜੀ ਮਕਈ ਦੀ ਖਲ ਅੱਛਾ ਅੱਛਾ ਅਤੇ ਟੋਟਲ ਵੰਡਾ ਜਿਹੜਾ ਹੁੰਦਾ ਇਹਦੀ ਕੁਆਂਟਿਟੀ ਕਿਤਨੀ ਹੁੰਦੀ ਸਾਰਾ ਟੋਟਲ ਵੰਡਾ 5 ਕਿਲੋ ਤੋਂ ਸ਼ੁਰੂ ਕਰੀਦਾ ਅੱਛਾ ਲਾਗੇ ਜਾ ਕੇ 7-8 ਕਿਲੋ ਵੀ ਕਈ ਮੱਝਾਂ ਖਾ ਜਾਂਦੀਆਂ ਇੱਕ ਟਾਈਮ ਕਿਲੋ ਨਾ ਮੱਝ ਨੂੰ ਓਵਰ ਨਹੀਂ ਕਰੀਦਾ ਅੱਛਾ 7 ਟਾਈਮ 7 ਦਿਨ ਦਾ ਜਾਂ ਇੱਕ ਟਾਈਮ ਦਾ ਹਾਂਜੀ ਇੱਕ ਟਾਈਮ ਅੱਛਾ ਦੋ ਟਾਈਮ ਪਾਉਂਦੇ ਹੋ ਵੰਡਾ ਦੋ ਟਾਈਮ ਵੰਡਾ ਜ਼ਬਰਦਸਤ ਹੋ ਗਿਆ ਜ਼ਬਰਦਸਤ ਹੋ ਗਿਆ ਅੱਛਾ ਇਸ ਤੋਂ ਇਲਾਵਾ ਕਾੜੇ ਮਸਾਲੇ ਜਿਹੜੇ ਨਾਲ ਦਿੰਦੇ ਕਾੜੇ ਮਸਾਲੇ ਰਾਤ ਨੂੰ ਜੇ ਕੌੜਾ ਦੇਣਾ ਵਾ ਅੱਛਾ ਅਤੇ ਲਾਲ ਮਿਰਚਾਂ ਹਾਲੋ ਲਾਲ ਮਿਰਚਾਂ 100 ਗ੍ਰਾਮ ਪਾਉਣੀਆਂ ਨੇ ਅੱਛਾ ਹਾਲੋ 50 ਗ੍ਰਾਮ ਪਾਉਣੀਆਂ ਮਿਰਚੇ 50 ਗ੍ਰਾਮ ਪਾਉਣੇ ਆ ਅਤੇ ਜਵੈਣ ਪਾਉਣੀ ਕੋਈ 20 ਗ੍ਰਾਮ ਅੱਛਾ ਨਮਕ ਪਾ ਲੈਣਾ ਕੋਈ 2 ਚਮਚੀਆਂ ਅੱਛਾ ਉਹ ਦੇਣਾ ਇਹ ਇਹ ਕਿੰਨੇ ਪਾਣੀ ਕੌੜੇ ਮਸਾਲੇ 2.5 ਕਿਲੋ ਪਾਣੀ ਪਾ ਕੇ ਉਹ 'ਚ ਪਕਾ ਕੇ ਪਾਈਆ ਤੇਲ ਪਾ ਕੇ ਦੇ ਦੇਣਾ ਅੱਛਾ ਪਾਈਆ ਸਰਸੋਂ ਦਾ ਤੇਲ ਪਾ ਕੇ ਦੇਣਾ ਅਤੇ ਜੇ ਸਿਆਲ ਠੰਡ ਹੋਵੇ ਤਾਂ ਘਿਓ ਵੀ ਪਾ ਸਕਦਾ ਬੰਦਾ ਅੱਛਾ ਇਹ ਘਿਓ ਦੇਸੀ ਹਾਂਜੀ ਦੇਸੀ ਜ਼ਬਰਦਸਤ ਹੋ ਗਿਆ ਅੱਛਾ ਇਹ ਕੌੜਾ ਕਾੜਾ ਹੁੰਦਾ ਅਤੇ ਮਿੱਠਾ ਕਾੜਾ ਵੀ ਹੁੰਦਾ ਮਿੱਠਾ ਕਾੜਾ ਜੇ ਦੇਣਾ ਹੋਵੇ ਜੀ ਉਹ 'ਚ ਇਲਾਚੀਆਂ ਪਾ ਲਈਆਂ ਮੋਟੀਆਂ ਦੂਜੀ ਸੁੰਡ ਪਾ ਲਈ ਅੱਛਾ ਕਿਤਨੀ ਇਸ਼ਟਾਂ ਪਾ ਲਈ 50-50 ਗ੍ਰਾਮ 50-50 ਗ੍ਰਾਮ ਹਾਂਜੀ ਸੁੰਡ ਪਾ ਲਈ ਦਾਲਚੀਨੀ 20 ਗ੍ਰਾਮ ਪਾ ਲਈ ਅੱਛਾ ਹਾਂਜੀ ਪਾਣੀ ਪਾ ਕੇ ਅੱਧਾ ਕਿਲੋ ਪਾਈਆ ਗੁੜ ਪਾ ਲਿਆ ਅੱਛਾ ਤੇ ਪਾਣੀ ਕਿੰਨਾ ਪਾਉਣਾ ਮਿਸ਼ਰੀ ਪਾ ਲਈ ਪਾਈਆ ਅੱਛਾ ਤੇ ਪਾਣੀ ਕਿਤਨਾ ਪਾਉਣਾ 2.5 ਕਿਲੋ ਨਹੀਂ ਪਾਣੀ ਉਹ 'ਚ 2 ਕਿਲੋ ਅੱਛਾ 2 ਕਿਲੋ 1.5 ਤੋਂ 2 ਕਿਲੋ ਪਾਉਣਾ ਉਹਨੂੰ ਪਕਾ ਕੇ ਉਹ 'ਚ ਘਿਓ ਪਾ ਕੇ ਦੇਣਾ ਪਕਾ ਕੇ ਜਦੋਂ ਅੱਧਾ ਪਾਣੀ ਰਹਿ ਜਾਵੇ ਜਾਂ ਵੈਸੇ ਉਬਲ ਜਾਵੇ ਨਹੀਂ ਸਗਣਾ ਜਿਹਾ ਹੋ ਜਾਏ ਨਾ ਜੀ ਅੱਛਾ ਅੱਛਾ ਥੋੜਾ ਜਿਹਾ ਅੱਛਾ ਉਹ 'ਚ ਫਿਰ ਦੂਸਰਾ ਪਾ ਕੇ ਨਾ ਘਿਓ ਪਾਈਆ ਉਹ ਦਿੰਦੇ ਆ ਅੱਛਾ ਅੱਛਾ ਤੁਸੀਂ ਦੋ ਕਾੜਿਆਂ ਦੀ ਗੱਲ ਕੀਤੀ ਹੈ ਮਿੱਠਾ ਤੇ ਕੌੜਾ ਹਾਂਜੀ ਹਾਂਜੀ ਇਹ ਫਿਰ ਜਾਨਵਰ ਕੋਈ ਮਿੱਠਾ ਮੰਨਦਾ ਕੋਈ ਕੌੜਾ ਮੰਨਦਾ ਡੰਗਰ ਉਹ ਆਪਣੀ ਆਪਣੀ ਤਸੀਰ ਹੈ ਜੀ ਡੰਗਰ ਦੀ ਕਈ ਮੱਝਾਂ ਜੀਰੇ ਦੁੱਧ ਨੂੰ ਵੀ ਮੰਨਦੀਆਂ ਨੇ ਅੱਛਾ ਤੇ ਦੁੱਧ ਤੇ ਜਦੋਂ ਜੇ ਮੱਝ ਤਲਖੀ ਤੁਲਖੀ ਕਰੇ ਨਾ ਉਦੋਂ ਦੇਈਦਾ ਉਤਰਾ ਵਰਨਾ ਮੈਂ ਨਹੀਂ ਕਦੇ ਦੁੱਧ ਦਿੱਤਾ ਅੱਛਾ ਦੁੱਧ ਹਾਂਜੀ ਮੱਝ ਤਲਖੀ ਤੁਲਖੀ ਕਰੇ ਨਾ ਜੀ ਫਿਰ 6 ਜੂ ਇੰਨੀਆਂ ਦੇਣੀਆਂ ਹੁੰਦੀਆਂ ਓਵਰ ਹੋ ਜੇ ਮੱਝ ਜ਼ਰਾ ਤਲਖੀ ਕਰੇ ਉਹਦੇ ਫਿਰ ਦੁੱਧ ਦੇ ਦੇਈਦਾ ਕਿਲੋ 1.5 ਕਿਲੋ ਨਾ ਗਾਈ ਦਾ ਗਾਈ ਦਾ ਸਾਦਾ ਹਾਂਜੀ ਗਰਮ ਕਰਕੇ ਅੱਛਾ ਗਰਮ ਕਰਕੇ ਠੰਡਾ ਕਰਕੇ ਦੇ ਦੇ ਜ਼ਬਰਦਸਤ ਹੋ ਗਿਆ ਜੀ ਅੱਛਾ ਮੇਰਾ ਮਕਸਦ ਪੁੱਛਣ ਦਾ ਆਇਆ ਸੀ ਕਿ ਜਿਹੜਾ ਤੁਸੀਂ ਕੌੜਾ ਤੇ ਮਿੱਠਾ ਕਾੜਾ ਦੱਸਿਆ ਜੀ ਇਹ ਜਾਂ ਕੌੜਾ ਦੇਣਾ ਜਾਂ ਮਿੱਠਾ ਦੇਣਾ ਨਹੀਂ ਨਹੀਂ ਦੋਵੇਂ ਦੋ ਟਾਈਮ ਨੂੰ ਦੇ ਸਕਦਾ ਬੰਦਾ ਅੱਛਾ ਇਹ ਹੁਣ ਕੋਈ ਗੱਲ ਛਪਾਈ ਨਹੀਂ ਨਾ ਰੱਖੀ ਜਾ ਅੱਛਾ ਅਸੀਂ ਲਾਗੇ ਜਾਂਦੇ ਆ ਨਹੀਂ 2-4 ਦਿਨ ਰਹਿੰਦੇ ਆ ਅੱਛਾ ਉਦੋਂ ਦੋ ਟਾਈਮ ਕਾੜਾ ਦੇਈਦਾ ਅੱਛਾ ਮਿੱਠਾ ਵੀ ਤੇ ਕੌੜਾ ਵੀ
ਜ਼ਬਰਦਸਤ, ਸਵੇਰੇ ਮਿੱਠਾ ਦਿੱਤਾ ਤੇ ਸ਼ਾਮੀ ਕੌੜਾ, ਕੌੜਾ ਸ਼ਾਮੀ ਦਿੱਤਾ ਤੇ ਸਵੇਰੇ ਮਿੱਠਾ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਤੇ ਅਲੀ ਸਾਹਿਬ, ਇਸ ਦਾ ਜਿਹੜਾ ਇਹ ਤੁਸੀਂ ਆਪਣਾ ਮੱਝਾਂ ਮੇਲੇ ਤੇ ਖੜਦੇ ਹੋ ਜਾਂ ਇਸ ਤਰ੍ਹਾਂ ਕਾੜ ਦੇ ਕੇ ਜਾਨਵਰ ਕੋਲ ਦੁੱਧ ਲਿਆ ਜਾਂਦਾ, ਪਹਿਲੇ ਤੇ ਕਿਹਾ ਜਾਂਦਾ ਸੀ ਕਿ ਇੱਕ ਅੱਧਾ ਮੇਲਾ ਜਾਨਵਰ ਖੇਡ ਕੇ ਤੇ ਫਿਰ ਉਹ ਅੱਗੇ ਬੱਸ ਹੋ ਜਾਂਦੀ, ਹੁਣ ਤੁਸੀਂ 5 ਮੇਲੇ ਵਿਨ ਕੀਤੇ ਇੱਕ ਸੀਜ਼ਨ ਦੇ ਵਿੱਚ। ਜੀ ਜੀ। ਤੇ ਡੋਗਰ ਸਾਹਿਬ ਦੇ ਮੱਝਾਂ ਨੇ 7-7 ਮਹੀਨੇ ਉਹਨਾਂ ਨੇ ਚਵਾਈ ਕਰਵਾਈ, ਉਹਨਾਂ ਦਾ ਇੱਕ ਆਪਣਾ ਤਰੀਕਾਕਾਰ ਹੈ। ਜੀ ਜੀ। ਤੇ ਕੀ ਸਮਝਦੇ ਹੋ ਕਿ ਇਸ ਕਾੜੇ ਦੇ ਉੱਤੇ ਆਮ ਰੂਟੀਨ ਵਿੱਚ ਵੀ ਜਾਨਵਰ ਨੂੰ ਕਾੜੇ ਕੂੜੇ ਦਿੱਤੇ ਦੁੱਧ ਮੇਨਟੇਨ ਰਹਿੰਦਾ? ਨਹੀਂ ਜੀ, ਜਦੋਂ ਮੱਝ ਨੂੰ ਮੇਲੇ ਤੇ ਖੜੀਦਾ ਨਹੀਂ ਜੀ ਜੀ, ਇਹਦੀ ਫਿਰ ਰੂਟੀਨ ਬਣਾਉਣੀ ਪੈਂਦੀ ਹੈ ਨਾ। ਅੱਛਾ। ਇਹਨੂੰ ਬੂਸਟਰਾਂ ਦੀ ਰੂਟੀਨ ਹਰ ਕੰਮ ਇਹਦਾ ਟਾਈਮ ਦੇ ਨਾਲ ਕਰਨਾ ਪੈਂਦਾ ਜੀ। ਅੱਛਾ। ਗੋਲੀ, ਦਵਾਈ, ਟੀਕਾ ਜੋ ਵੀ ਅਸੀਂ ਬੋਤਲ ਲਾਉਣੀ ਆ, ਕੋਈ ਮੱਝ ਦੀ ਤਬੀਅਤ ਵੇਖ ਕੇ ਕੰਮ ਹੁੰਦਾ ਜੀ। ਅੱਛਾ ਅੱਛਾ। ਹੁਣ ਇਹਨੂੰ ਬੇਤੁਕੀ ਤੋਂ ਕੁਛ ਸ਼ਾਇਦ ਦਿੱਤੀ ਨਹੀਂ, ਜਾਂ 3 ਮਹੀਨੇ ਸਾਂਭੀ ਜੀ ਗਈ ਦੀ 804। ਅੱਛਾ ਅੱਛਾ। ਤੇ ਅਲਹਮਦੁਲਿਲਾ ਮੱਝ ਨੇ ਇੱਕ ਦਿਨ ਵੰਡਾ ਨਹੀਂ ਛੱਡਿਆ। ਇਸ ਤੋਂ ਇਲਾਵਾ ਕੋਈ ਬਹੁਤ ਆ ਜਿਹੜੀ ਰਾਣੀ ਮੱਝ ਆ ਤੁਹਾਡੇ ਸਾਹਮਣੇ ਫਰੇਮ ਦੇ ਵਿੱਚ ਜੀ ਜੀ, ਇਹ ਪਿਛਲੀ ਵਾਰੀ 2023 'ਚ ਹੋਈ ਸੀ। ਅੱਛਾ। ਜਦੋਂ ਇਹ ਦੁੱਧਣ ਸੀਗੀ। ਅੱਛਾ। 28 ਕਿਲੋ 205 ਗ੍ਰਾਮ ਇਹਨੇ ਦੁੱਧ ਦਿੱਤਾ, ਉਹ ਤੁਹਾਡੇ ਕੋਲ ਲਿਖਿਆ ਹੋਣਾ ਜਾਂ ਲਿਖਿਆ ਉਹ ਲਾਈਵ ਵੀ ਚੱਲਿਆ ਦੋਸਤੋ ਨੇ ਵੀ, ਇਹ ਹੁਣ ਮਾਸ਼ਾਅੱਲਾ 7 ਮਹੀਨਿਆਂ ਦੀ ਪ੍ਰੈਗਨੈਂਟ ਆ। ਜ਼ਬਰਦਸਤ ਹੋ ਗਿਆ। ਤੇ ਚਲੋ ਜੇ ਅੱਲਾਹ ਤਾਲਾ ਇਹਦੀ ਤੰਦਰੁਸਤੀ ਰੱਖੇ, ਸਾਡੀ ਵੀ ਰੱਖੇ, ਜੇ ਕੋਈ ਮੇਲਾ ਆਇਆ ਤੌਰ 'ਤੇ ਵੀ ਇਨਸ਼ਾਅੱਲਾ ਤਾਲਾ ਚੋਵਾਂਗੇ। ਉਸ ਤਰ੍ਹਾਂ ਵੈਸੇ ਵੀ ਇਹ ਸ਼ੌਕ ਵਾਲੀ ਮੱਝ ਆ ਜੀ। ਜ਼ਬਰਦਸਤ ਹੋ ਗਿਆ। ਤੇ ਆਲੀ ਸਾਹਿਬ, ਕੀ ਸਮਝਦੇ ਹੋ ਕਿ ਜਾਨਵਰ ਅੱਛਾ ਮੱਝ ਦਾ ਚੰਗਾ ਹੋਣਾ ਜ਼ਰੂਰੀ ਹੈ ਜਾਂ ਉਸਤਾਦ ਦਾ ਚੰਗਾ ਹੋਣਾ ਜ਼ਰੂਰੀ? ਨਹੀਂ ਜੀ, ਉਸਤਾਦ ਫਿਰ ਹੁਣ ਵੇਖੋ ਨਾ ਜੀ, ਮੱਝ ਨੇ ਉਸਤਾਦ ਬਣਾਉਣਾ। ਅੱਛਾ। ਉਸਤਾਦ ਦਾ ਕੋਈ ਕਮਾਲ ਨਹੀਂ, ਮੱਝ ਦਾ ਦੁੱਧ ਦਊਗਾ ਉਸਤਾਦ ਕੀ ਕਰੂਗਾ? ਜ਼ਬਰਦਸਤ ਹੋ ਗਿਆ ਜੀ। ਮੱਝ ਦਾ ਅੱਛਾ ਹੋਣਾ ਜ਼ਰੂਰੀ ਆ, ਮੱਝ ਚੰਗੀ ਹੋਵੇ ਤਾਂ ਫਿਰ ਉਸਤਾਦ ਚੰਗਾ ਹੋਵੇ, ਉਸਤਾਦ ਬਣਦਾ ਜੀ। ਅੱਛਾ ਹਾਂਜੀ, ਜ਼ਬਰਦਸਤ ਹੋ ਗਿਆ। ਕੋਈ ਹੋਰ ਤੁਸੀਂ ਮੈਸੇਜ ਦੇਣਾ ਚਾਹੋ ਦੋਸਤਾਂ ਨੂੰ? ਤੇ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵਾਂ ਵੀ ਜਿਹੜਾ ਅੱਛੀਆਂ ਮੱਝਾਂ ਬਣਾਓ। ਅੱਛਾ। ਤੇ ਕਿਸੇ ਦੇ ਨਾਲ ਕੋਈ ਤੰਦ ਨਹੀਂ ਹੋਣੀ ਚਾਹੀਦੀ। ਸਾਰੇ ਜਿਹੜੇ ਦੋਸਤ ਮੇਲਿਆਂ ਜਾਂਦੇ ਨੇ ਉਸ ਤਰ੍ਹਾਂ ਮੱਝਾਂ ਰੱਖੀਆਂ ਨੇ ਜੀ, ਸਭ ਭਾਈ ਭਾਈਆਂ ਸੀ ਜੀ, ਜਿਹੜੇ ਲੋਕ ਵਿੱਚ ਜੈਲਸ ਕਰਦੇ ਨੇ ਉਹਨਾਂ ਨੂੰ ਜਿਹੜਾ ਮੇਲਾ ਨਾ ਜੀ, ਮੇਲੇ ਤੇ ਛੱਡ ਆਉਣਾ, ਉਹਨੂੰ ਇੰਜੋਏ ਮੇਲੇ 'ਚ ਕਰਕੇ ਆ ਜਾਣਾ ਚਾਹੀਦਾ ਜੀ। ਬਾਹਰ 'ਚ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ, ਆਪਾਂ ਇਨਸ਼ਾਅੱਲਾ ਤਾਲਾ ਕਲਮਾ ਭਰ ਕੇ ਕਹਿੰਦੇ, ਕਿਸੇ ਸ਼ਕੀਮ ਦੇ ਨਾਲ ਆਪਣੀ ਕੋਈ ਰੰਜਿਸ਼ ਨਹੀਂ, ਅੱਲਾਹ ਦੇ ਹੁਕਮ ਦੇ ਨਾਲ ਆਪਾਂ ਸਭ ਇੱਜ਼ਤ ਕਰਦੇ, ਸਾਡੀ ਸਾਰੇ ਕਰਦੇ ਨੇ, ਇਸ ਤਰ੍ਹਾਂ ਹੀ।